ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਸੰਸਕਾਰ ਤੋਂ ਪਰਤ ਰਹੇ ਰਿਸ਼ਤੇਦਾਰ ਨਾਲ ਵਾਪਰਿਆ ਹਾਦਸਾ ਹੋਈ ਭਿਆਨਕ ਹਾਦਸੇ ਦੇ ਸ਼ਿਕਾਰ ਵੱਡੀ ਖਬਰ ਆ ਚੁੱਕੀ ਹੈ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਆਜ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਪ੍ਰਾਪਤ ਜਾਣਕਾਰ ਇਸ ਹੋ ਇਹ ਮਾਮਲਾ ਸੁਲਤਾਨਪੁਰ ਲੋਧੀ ਦੇ ਅਦੀਨ ਪਿੰਡ ਡੰਡੀ ਵਿੰਡੀ ਦੇ ਨਜ਼ਦੀਕ ਤੋਂ ਸਾਹਮਣੇ ਹੈ ਜਦੋਂ ਇੱਕ ਸਟਿਫਟ ਡਿਜ਼ਾਈਨਰ ਕਾਰ ਦੀ ਟੱਕਰ Tata 407 ਨਾਲ ਹੋ ਗਈ ਦੱਸਿਆ ਗਿਆ ਹੈ ਕਿ ਹਾਸਾ ਉਸ ਸਮੇਂ ਹੋਇਆ ਜਦੋਂ ਟਾਟਾ 407 ਸੁਲਤਾਨਪੁਰ ਲੋਧੀ ਤੋਂ ਕਪੂਰਥਲਾ ਨੂੰ ਜਾ ਰਹੀ ਸੀ ਉਸ ਸਮੇਂ ਹੀ ਕਾਰ ਵੀ ਕਪੂਰਥਲਾ ਵੱਲ ਆ ਰਹੀ ਸੀ ਦੋਵਾਂ ਵਿੱਚ ਕਾਰ ਟਕਰਾਈ ਨਹੀਂ ਪਿਆਣੇ ਸੀ ਕਿ ਟਾਟਾ 407 ਵਿੱਚ ਮੌਜੂਦ 15 ਤੋਂ 20 ਦੇ ਦਰਮਿਆਨ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਉੱਥੇ ਸਾਰੇ ਜ਼ਖਮੀਆਂ ਨੂੰ ਗੰਭੀਰ ਜ਼ਖਮੀ ਹਾਲਤ ਦੇ ਵਿੱਚ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਲ ਚਲ ਜਾਇਆ ਗਿਆ ਹੈ ਜਿੱਥੇ ਕੁਝ ਲੋਕਾਂ ਦੀ ਗੰਭੀਰ ਹਾਲਤ ਦੇ ਕਾਰਨ ਨਿੱਜੀ ਹਸਪਤਲ ਜ਼ਿਲਹੰਦਰ ਵਿਖੇ ਭੇਜ ਦਿੱਤਾ ਗਿਆ ਹੈ उत् कुछ लोग का हालत काफ़ी गंभीर बनी हुई है इस घटना की जानकारी मिलते ही जिथे पुलिस वालों घटना स्थान पर पहुँच की गई है पुलिस वालों जिते जख्मी न पहुंचाने मदद की गई है सारे मामले की जाँच की जा रही है बाकी खबरों अंत तक देखने लिये बहुत बहुत धन्यवाद